बसमान राज मेरे दोस्तों मै कोई चंद गलां खान साहब के बारे चना चाह मेरी गल सारी सुननी है यह मेरी रिक्वेस्ट आ सारे वीर गढ़ी सब तो पहली गल तो यह खान साहब की ईमानदारी ते शक नहीं किया जा सकता ਉਮਰਾਨ ਖਾਨ ਰੱਬ ਨੇ ਇੱਕ ਇਸ ਮੁਲਕ ਨੂੰ ਹੀਰਾ ਦਿੱਤਾ ਹੈ ਉਹ ਕੁਛ ਗੁਲਾਮ ਕੌਮ ਹੈ ਆ ਬੜੀ ਤਕਲੀਫ ਹੁੰਦੀ ਆ ਜਦੋਂ ਵੇਖੀਦਾ ਹੈ ਕਿ ਖਾਨ ਸਾਹਿਬ ਦੇ ਬਾਰੇ ਦੇ ਵਿੱਚ ਬੜੀਆਂ ਫੇਸਬੁਕ ਤੇ ਬੁਰੀਆਂ ਗੱਲਾਂ ਲਿਖੀਆਂ ਜਾਂਦੀਆਂ ਲੇਕਿਨ ਮੈਂ ਖਾਨ ਸਾਹਿਬ ਨਾਲ ਕੋਈ ਗਿਲੇ ਵੀ ਕਰੂੰਗਾ ਗਿਲੇ ਮੈਂ ਇਸ ਤਰ੍ਹਾਂ ਕਰਾਂਗਾ ਕਿ ਖਾਨ ਸਾਹਿਬ ਦੀ ਜਮਾਤ ਦਾ ਨਾਮ ਹੈ ਤਹਿਰੀਕੇ ਇਨਸਾਫ ਖਾਨ ਸਾਹਿਬ ਨੇ ਇਸ ਆਵਾਮ ਨੂੰ ਬੜੇ ਸੁਹਾਣੇ ਖਾਬ ਦਿੱਤੇ ਨੇ ਬਹੁਤ ਬਹੁਤ ਖਾਬ ਇਸ ਕੌਮ ਨੂੰ ਭਾਏ ਗਏ ਆ ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਕਰੂੰਗਾ ਵੀ ਮੈਂ ਮੰਨ ਲਈ ਅਸਾਂ ਇਹ ਗੱਲ ਆਵਾਮ ਨੇ ਮੰਨ ਲਿਆ ਇਸ ਗੱਲ ਨੂੰ ਕਿ ਇਸ ਮੁਲਕ ਨੂੰ ਲੁੱਟ ਕੇ ਖਾ ਗਿਆ ਇਹ ਨਵਾਜ਼ ਸ਼ਰੀਫ ਇਹ ਸ਼ਬਾਸ਼ ਸ਼ਰੀਫ ਜ਼ਰਦਾਰੀ ਮੁਲਕ ਦੇ ਖਜ਼ਾਨੇ 'ਚ ਕੋਈ ਸ਼ਾਇਦ ਨਹੀਂ ਇਹ ਵੀ ਅਸਾਂ ਮੰਨ ਲਿਆ ਲੇਕਿਨ ਅਨਸਾਫ਼ ਤੇ ਹੈ ਇਸ ਮੁਲਕ ਦੇ ਵਿੱਚ ਕਿਸੇ ਨੂੰ ਇਨਸਾਫ਼ ਤੇ ਮਿਲੇ ਮੈਂ ਇਸ ਪੰਜਾਬ ਦੀ ਜਿਹੜੇ ਹਜ਼ਰਤ ਨੇ ਅਫੀਸਰ ਦੇ ਲੋਗਾ ਇਹ ਤੁਹਾਡੇ ਐਮਐਨਏ ਐਮਪੀਏ ਦੀ ਗੱਲ ਨਹੀਂ ਸੁਣ ਰਹੇ ਇਹ ਅੱਜ ਵੀ ਉਹ ਨੂਨ ਲੀਗ ਦੇ ਲੋਗ ਆਏ ਨੂਨ ਲੀਗ ਦੀ ਗੱਲ ਸੁਣ ਰਿਹਾ ਹਰ ਕੰਮ ਨੂਨ ਲੀਗ ਦਾ ਹੀ ਹੋ ਰਿਹਾ ਮਾਸ਼ਾਅੱਲਾ ਤੁਸੀਂ ਵਜ਼ੀਰ ਅਲਾ ਪੰਜਾਬ ਦਿੱਤਾ ਉਹ ਸ਼ਰੀਫ ਆਦਮੀ ਦੇ ਆਖੇ ਕੋਈ ਪੰਜਾਬ ਦਾ ਐਸਐਚਓ ਨਹੀਂ ਲੱਗਦਾ ਤੁਸੀਂ ਇੱਕ ਮੈਨੂੰ ਯਾਦ ਆ ਗਿਆ ਇੱਕ ਗੱਲ ਕੀਤੀ ਸੀ ਕਿ ਮੈਂ ਪਾਕਿਸਤਾਨ ਨੂੰ ਮਦੀਨਾ ਦੀ ریاست ਬਣਾਉਗਾ ਖਾਨ ਸਾਹਿਬ ਅਗਰ ਮਦੀਨਾ ਪਾਕ ਦੀ ریاست ਬਣਾਉਣੀ ਆ ਤਾਂ ਫਿਰ ਡਾਕੂਆਂ ਨੂੰ ਡਾਕੂ ਜਹਾਜ਼ਾਂ ਤੇ ਜਾ ਕੇ ਤਰੀਕਾ ਨਾ ਭੋਗਣਾ ਮਦੀਨਾ ਦੀ ریاست ਬਣਾਉਣੀ ਆ ਤਾਂ ਫਿਰ ਡਾਕੂਆਂ ਨੂੰ ਜੇਲ੍ਹ ਦੇ ਵਿੱਚੋਂ ਪ੍ਰੂਵਲ ਤੇ ਆਜ਼ਾਦ ਕਰਕੇ ਤੇ ਬੀਵੀਆਂ ਦੇ ਜਨਾਜ਼ੇ ਨਾ ਵਖਾਏ ਜਾਣ ਫਿਰ ਕਾਨੂੰਨ ਗਰੀਬ ਵਾਸਤੇ ਤੇ ਅਮੀਰ ਵਾਸਤੇ ਇੱਕ ਹੋਣਾ ਚਾਹੀਦਾ ਅਸਾਂ ਸੁਣ ਰਹੇ ਹਾਂ ਰੋਜ਼ ਕਿ ਅੱਜ ਜੀ ਨਮਾਜ਼ شریف ਜਾ ਰਿਹਾ ਜਹਾਜ਼ ਤੇ ਸਪੈਸ਼ਲ ਜਹਾਜ਼ ਤੇ ਜਾ ਰਿਹਾ ਤਰੀਕ ਭੋਗਣ ਵਾਸਤੇ ਕਦੀ ਕਿਸੇ ਗਰੀਬ ਦੀ والدہ ਦੀ ਜਿਹੜਾ ਕੋਈ ਬੰਦਾ ਥਾਣੇ ਹੁੰਦਾ ਉਹਦੀ والدہ ਨੂੰ ਵੀ ਕਦੀ ਉਹਦੇ ਜਨਾਜ਼ੇ ਤੇ ਉਹਦੀ ਵਾਦਾਦ ਲੈ ਆਂਦਾ ਗਰੀਬ ਆਦਮੀ ਨੂੰ ਕਿਸੇ ਇਹ ਤਹਿਰੀਕੇ ਇਨਸਾਫ ਆਖਾਨ ਸਾਹਿਬ ਕੱਲ ਜੋ ਹੋਇਆ 14 ਕਤਲ ਜਿਹੜੇ ਹੋਏ ਨੇ ਮਾਡਲ ਟਾਊਨ ਦੇ ਵਿੱਚ ਜੱਜ ਸਹਬਾਨ ਨੇ ਜਿਹੜਾ ਫੈਸਲਾ ਕੀਤਾ ਹੈ ਇਹ ਮਦੀਨਾ ਦੀ ریاست ਦਾ ਫੈਸਲਾ ਵਾ ਮਦੀਨੇ ਪਾਕ ਦੀ ریاست ਦੇ ਵਿੱਚ ਇੰਜ ਦੇ ਫੈਸਲੇ ਹੁੰਦੇ ਆ ਕਿ ਇੱਕ ਜ਼ਾਲਮ ਜਿਹੜਾ ਜ਼ਾਲਮਾਂ ਨੇ ਕਤਲ ਕੀਤੇ ਹੋ ਮੈਨੂੰ ਦੁੱਖ ਆ ਰਿਹਾ ਇਸ ਗੱਲ ਦਾ ਉਹ ਜਿਹੜੇ ਜਿਹੜੇ ਜੱਜ ਸਹਬਾਨ ਨੇ ਫੈਸਲਾ ਦਿੱਤਾ ਕੱਲ ਅਗਰ ਉਹਨਾਂ ਦੀ ਕਿਸੇ ਵਾਲਦਾ ਨੂੰ ਉਹਨਾਂ ਦੀ ਕਿਸੇ ਭੈਣ ਨੂੰ ਉਹਨਾਂ ਦੀ ਕਿਸੇ ਬੇਟੀ ਨੂੰ ਹਮਲਾ ਬੇਟੀ ਦੇ ਮੂੰਹ ਦੇ ਵਿੱਚ ਕੋਈ ਫੈਰ ਮਾਰਦਾ ਤੇ ਫਿਰ ਮੈਂ ਵਿੰਦਾ ਕਿ ਇਸ ਮੁਲਕ ਦੇ ਵਿੱਚ ਇਹ ਜੇ ਫੈਸਲੇ ਵੀ ਹੁੰਦੇ ਸੀ ਚੀਫ ਜਸਟਿਸ ਸਾਹਿਬ ਹੁਣ ਮੈਂ ਤੁਹਾਡਾ ਮੁਖਾਤਬ ਹੋ ਰਿਹਾ ਤੁਸੀਂ ਸਰ ਅਮਰਾਨ ਸ਼ਾਹ ਉਹਨੇ ਇੱਕ ਥੱਪੜ ਮਾਰਿਆ ਤੇ ਉਹਦੀ ਕੀਮਤ ਤੁਸੀਂ 30 ਲੱਖ ਰੁਪਈਆ ਪਾਈ ਤੇ ਸ਼ਰਜੀਲ ਮਹਿਮਦ ਦੇ ਕਮਰੇ ਚ ਸ਼ਰਾਬ ਬਰਾਮਦ ਹੋਈ ਮੈਂ ਤਦ ਮਦੀਨਾ ਪਾਕ ਦੀ ਰਾਸਤ ਮੰਨਦਾ ਅਗਰ ਉੱਥੇ ਅਦਾਲਤ ਲੱਗਦੀ ਉੱਥੇ ਹੀ ਉਹਨੂੰ ਸਜ਼ਾ ਹੁੰਦੀ ਫੇਰ ਅਸੀਂ ਮੰਨਦੇ ਕਿ ਮਦੀਨਾ ਪਾਕ ਦੀ ਰਾਸਤ ਆ ਕੋਈ ਕਾਨੂੰਨ ਨਹੀਂ ਚੀਫ ਜਸਟਿਸ ਤੇ ਹੋਰ ਹੋਰ ਕੁਝ ਕਰ ਰਿਹਾ ਉਹ ਮੁਲਕ ਦੀ ਬਿਹਤਰੀ ਕਰ ਰਿਹਾ ਲੇਕਿਨ ਜਿਹੜੇ ਚੀਫ ਜਸਟਿਸ ਦੇ ਥੱਲੇ ਹਾਈ ਕੋਰਟ ਦੇ ਸੈਸ਼ਨ ਦੇ ਸਿਵਲ ਦੇ ਜਿਹੜੇ ਜੱਜ ਸਭਾ ਨਿਯੋਗ ਹੀ ਕਰ ਰਹੇ ਨੇ ਮਦੀਨਾ ਪਾਕ ਦੀ ਰਿਆਸਤ ਇੰਜ ਨਹੀਂ ਬਣਨੀ ਮਦੀਨਾ ਪਾਕ ਦੀ ਰਿਆਸਤ ਉਦੋਂ ਬਣੇਗੀ ਜਦੋਂ ਹਜ਼ਰਤ ਉਮਰ ਫਰੂਕ ਰਜ਼ੀ ਅੱਲਾਹ ਤਾਲਾ ਅਨਹੁ ਦਾ ਕਾਨੂੰਨ ਇੱਥੇ ਆਏਗਾ ਐਸ ਵਕਤ ਇਹ ਰਿਆਸਤ ਇਰਾਕ ਦੀ ਤਰਫ ਜਾ ਰਹੀ ਆ ਜਿਸ ਮੁਲਕ ਦੇ ਵਿੱਚ ਕਾਨੂੰਨ ਨਾ ਹੋਵੇ ਉੱਥੇ ਖਾਨਾ ਜੰਗੀ ਉਸ ਮੁਲਕ ਦੇ ਖਾਨਾ ਜੰਗੀ ਲੱਗ ਜਾਂਦੀ ਹੈ ਅੱਗੇ ਆਜੋ ਤੁਸੀਂ ਹੁਣ ਸਾਖਦਾਰ ਸਾਹਿਬ ਤੁਸੀਂ ਸਾਖਦਾਰ ਦਾ ਅਸ ਇੰਗਲੈਂਡ ਨਾਲ ਤੁਹਾਡੀ ਗੱਲ ਹੋ ਰਹੀ ਜੀ ਉਹਨਾਂ ਨਾਲ ਸਾਨੂੰ ਇਹ ਬੰਦਾ ਦਿਓ ਜੀ ਜਿਸ ਜ਼ਾਲਮ ਨੇ ਜਿਸ ਬੇਗੈਰਤ ਨੇ ਉਹਨੂੰ ਕਲਾਇਆ ਤੁਸੀਂ ਉਹਨੂੰ ਫੜਿਆ ਇਹ ਸਭ ਵਜ਼ੀਰ ਆਜ਼ਮ ਨੇ ਆਪਣੇ ਜਹਾਜ਼ ਦੇ ਵਿੱਚ ਉਹਨੂੰ ਭੇਜਿਆ ਉਹਨੂੰ ਫੜਿਆ ਤੁਸੀਂ ਉਹਨੂੰ ਪੁੱਛਿਆ ਤੁਸੀਂ ਅੱਜ ਤੱਕ ਅਸਾਂ ਮਨ ਨੇ ਖਾਨ ਸਾਹਿਬ ਕਿ ਖਜ਼ਾਨੇ 'ਚ ਪੈਸਾ ਨਹੀਂ ਆਇਆ ਇਹ ਲੈ ਗਏ ਪੈਸਾ ਲੁੱਟ ਕੇ ਮੁਲਕ ਦੇ ਵਿੱਚੋਂ ਲੇਕਿਨ ਅਨਸਾਫ਼ ਤੇ ਜ਼ਰੂਰ ਹੋ ਸਕਦਾ ਇਸ ਮੁਲਕ ਦੇ ਵਿੱਚ ਕੀ ਕਸੂਰ ਸੀ ਉਹਨਾਂ ਦਾ ਕੋਸ 14 ਲੋਕ ਜਿਹੜੇ ਕਤਲ ਹੋਇਆ ਕੀ ਕਸੂਰ ਸੀ ਉਹਨਾਂ ਦਾ ਉਹ ਸਿਰਫ ਇਬਾਦਤ ਕਰ ਰਹੇ ਸੀ ਅੱਲਾਹ ਤਬਾਰਕ ਵਤਾਲਾ ਦੀ ਜ਼ਾਤ ਦੇ ਗਾਹੀ ਅੱਲਾਹ ਨਬੀ ਪਾਕ ਸਾਤੋ ਸਲਾਮ ਦੇ ਦਰੂਦ ਪੜ੍ਹ ਰਹੇ ਸੀ ਉਹਨਾਂ ਦੀ ਇਹ ਇਹਨਾਂ ਨੂੰ ਇਹ ਸਜ਼ਾ ਮਿਲੀ ਹੈ ਕੋਈ ਪੰਜਾਬ ਦੇ ਵਿੱਚ ਕੋਈ ਡੀਪੀਓ ਕੋਈ ਵੀ ਜਿੰਨੇ ਵੀ ਤੁਹਾਡੀ ਇਸ ਪੰਜਾਬ ਦੇ ਅਫੀਸਰ ਨੇ ਕੋਈ ਤੁਹਾਡੇ ਕਹਿਣੇ ਕਰਨੀ ਹੈ ਸਭ ਨੂਨ ਲੀਗ ਦੀ ਗੱਲ ਮੰਨਦੇ ਪਏ ਆ ਜੋ ਨੂਨਲੀ ਕਹਿ ਰਿਓ ਹੋ ਰਿਹਾ ਹੈ ਮੈਂ ਤੁਹਾਡੇ ਵਜ਼ੀਰਾਂ ਦੇ ਵਿੱਚੋਂ ਸਿਰਫ ਇੱਕ ਵਜ਼ੀਰ ਨੂੰ ਮੈਂ ਇਸ ਵਕਤ ਜਿਹੜਾ ਸਲਾਮ ਪੇਸ਼ ਕਰਦਾ ਜਿਹੜਾ ਵਜ਼ੀਰ ਦਿਨ ਰਾਤ ਕੰਮ ਕਰ ਰਿਹਾ ਮੈਂ ਪੰਜਾਬ ਦਾ ਮਾਂ ਉਹ ਕੇਪੀਕੇ ਦਾ ਵਜ਼ੀਰ ਹੈ ਕੋਈ ਇਹ ਨਾ ਸਮਝ ਲੈ ਕਿ ਮੈਂ ਉਹਦਾ ਵੋਟਰ ਸਪੋਰਟਰ ਹਾਂ ਸਿਰਫ ਇੱਕ ਬੰਦਾ ਕੰਮ ਕਰ ਰਿਹਾ ਤੁਹਾਡਾ ਉਹ ਤੁਹਾਡਾ ਵਜ਼ੀਰ ਹੈ مملਕ ਮਮਲਕਤ ਸ਼ਹਿਰ ਯਾਰ ਅਫਰੀਦੀ ਜਿਹੜਾ ਦਿਨ ਰਾਤ ਇਸ ਮੁਲਕ ਵਾਸਤੇ ਕੰਮ ਕਰ ਰਿਹਾ ਖਾਨ ਸਾਹਿਬ ਇਹਨਾਂ ਵਜ਼ੀਰਾਂ ਨੂੰ ਇੱਥੇ ਰੋਜ਼ਾਨਾ ਬਾਹ ਕੇ ਕੋਲ ਇਹਨਾਂ ਨਾਲ اجلاس ਨਾ ਕਰੋ ਇਹਨਾਂ ਨੂੰ ਸਿੱਟੋ ਮੁਲਕ ਦੇ ਵਿੱਚ ਇਹ ਵੇਖਣ ਵੀ ਮੁਲਕ ਦੇ ਬੰਦਾ ਕੀ ਪਿਆ ਹੈ ਇਹ ਤੁਹਾਨੂੰ ਸੁਹਾਨੇ ਖਾਬ ਵਖਾਣੇ ਸ਼ੁਰੂ ਕਰ ਦਿੱਤੇ ਨੇ ਇਹਨਾਂ ਲੋਕਾਂ ਨੇ ਤੁਸੀਂ ਇਹਨਾਂ ਦੀ ਗਲਤ ਨਹੀਂ ਆਣਾ ਅਗਰ ਮਦੀਨਾ ਪਾਕ ਦੀ ਰਸਤ ਬਣਾਣੀ ਹੈ ਤੇ ਅਗਰ ਮਦੀਨਾ ਪਾਕ ਦੀ ਰਸਤ ਬਣਾਣੀ ਹੈ ਤੁਸੀਂ ਵਜ਼ੀਰ ਆਜ਼ਮ ਹਾਊਸ ਦੇ ਵਿੱਚੋਂ ਮੱਜਾਂ ਵੇਚੀਆਂ ਖੁਦਾ ਰਾ ਜਿਹੜੇ ਜੇਲ੍ਹ ਦੇ ਵਿੱਚੋਂ ਡੰਗਰ ਖੁੱਲ ਕੇ ਇਹਨਾਂ ਨੂੰ ਵੀ ਕਿਸੇ ਪਾਸੇ ਵੇਚ ਲਵੋ ਇਹਨਾਂ ਨੂੰ ਵੀ ਵੇਚੋ ਕਿਸੇ ਪਾਸੇ ਜਿਹੜੇ ਸਾਡੇ ਮੁਲਕ ਨੂੰ ਲੁੱਟ ਕੇ ਖਾ ਗਏ ਆ ਪ੍ਰੋਟੋਕੋਲ ਦੇ ਰਹੇ ਆ ਉਹਨਾਂ ਨੂੰ ਉਹਨੂੰ ਪ੍ਰੋਟੋਕੋਲ ਨਾਲ ਜਾ ਰਹੇ ਡਾਕੂ ਨੂੰ ਜਿੰਨੇ ਇਸ ਗਰੀਬ ਆਵਾਮ ਦਾ ਕੁਛ ਰਹਿਣ ਨਹੀਂ ਦਿੱਤਾ ਇਹ ਗਰੀਬ ਆਵਾਮ ਜਿਹੜਾ ਲੁੱਟ ਕੇ ਖਾ ਗਿਆ ਉਹਨ ਪ੍ਰੋਟੋਕੋਲ ਮਿਲ ਰਿਹਾ ਤੁਸੀਂ ਆਂਦੇ ਜੱਸਾ ਮਦੀਨਾ ਵੀ ਰਿਆਸਤ ਬਣੀ ਮਦੀਨਾ ਦੀ ਰਿਆਸਤ ਇਸ ਤਰੀਕੇ ਬਣੇਗੀ ਜੋ ਕਾਨੂੰਨ ਮੇਰੇ ਪਿਆਰੇ ਹਜ਼ਰਤ ਮੁਹਫਲੂਕ ਦਸੀ ਜਾਂ ਆਰ ਤੇ ਚਾ ਪਾਰ ਇਸ ਤਰੀਕੇ ਨਾਲ ਪੰਜਾਬ ਸੂਤ ਹੋ ਸਕਦਾ ਇਹ ਵਿਗੜੀ ਕੌਮ ਆ ਪੰਜਾਬ ਦੀ ਡਿਗੜੀ ਇਹਨਾਂ ਨੂੰ ਸਿਰਫ ਸੂਤ ਕਰ ਸਕਦਾ ਤੇ ਇੱਕ ਡੰਡਾ ਪੀਰ ਕਰ ਸਕਦਾ ਤੁਸੀਂ ਜੋ ਮਰਜ਼ੀ ਕਰ ਲੋ ਤੁਸੀਂ ਜੋ ਜੋ ਮਰਜ਼ੀ ਤੁਸੀਂ ਕਰੋਗੇ ਜਿਹੜੀ ਕੌਮ ਪੈਸੇ ਤੇ ਵੋਟ ਦੇ ਦਿੰਦੀ ਹੈ ਉਹ ਕੌਮ ਨੂੰ ਆਪਣੇ ਮਸਤਕਬਲ ਦਾ ਕੀ ਪਤਾ ਕੋਈ ਪਤਾ ਨਹੀਂ ਜਿਹੜੀ ਕੌਮ ਇੱਕ ਚੌਲਾਂ ਦੀਆਂ ਚੌਲਾਂ ਦੀ ਪਲੇਟ ਤੇ ਆਪਣੀ ਜਾਨ ਦੇ ਦਿੰਦੀ ਆ ਉਹਨੂੰ ਆਪਣੇ ਮਸਤਕਬਲ ਦਾ ਕੀ ਪਤਾ ਇਹਨਾਂ ਨੂੰ ਤੁਹਾਨੂੰ ਦੱਸਣਾ ਪਊਗਾ ਨਹੀਂ ਤੇ ਸਦਾ ਹੀ ਇਹ ਫੇਸਬੁੱਕ ਆ ਇਹਦੇ ਉੱਤੇ ਜਿਹੜਾ ਉਹ ਤੁਹਾਡੀ ਬਿਸਤੀ ਹੁੰਦੀ ਰਹੇਗੀ ਤੁਸੀਂ ਸੁਣਦੇ ਰਹੋਗੇ ਲਿਆਦਾ ਮੈਂ ਤੁਹਾਡੇ ਗੜੀ ਰਿਕਵੈਸਟ ਕਰਦਾ ਹਾਂ ਅਗਰ ਤੁਸੀਂ ਮਦੀਨਾ ਪਾਕ ਦੀ ਜਾਸਤ ਬਾਨੀਏ ਮੈਂ ਕਸਮ ਖਾ ਕੇ ਅਨਾ ਕਸਮ ਖਾ ਕੇ ਅਨਾ ਦੋ ਹੀ ਫੈਸਲੇ ਅਗਰ ਸਹੀ ਹੋ ਗਏ ਨਾ ਪੰਜਾਬ ਦੇ ਵਿੱਚ ਤੁਹਾਡੀ ਪੂਰੀ ਪੰਜਾਬ ਦੀ ਕੌਮ ਸੂਤ ਹੋ ਜੇਗੀ ਚੀਫ ਜਸਤਸ ਸਾਹਿਬ ਔਰ ਮੈਂ ਤੁਹਾਨੂੰ ਫਿਰ ਇੱਕ ਵਾਰੀ ਕਹਿ ਰਿਹਾ ਸਰ ਕਿ 14 ਕਤਲਾਂ ਦਾ ਕੀ ਬਣੂਗਾ અમરાન શાહ ਦੇ ਇੱਕ થપ્પડ દે 30 લાખ રૂપિયા ਦੇ ਪੈ ਗਿਆ ਉਹਨੂੰ ਤੇ ਇਹ 14 ਕਤਲ ਜਿਹੜੇ ਆ ਜਿਹੜੇ ਇਹਨਾਂ ਨੂੰ ਕਰਵਾਉਣ ਵਾਲੇ ਆ ਉਹ ਆਜ਼ਾਦ ਫਿਰ ਰਿਹਾ ਤੇ ਇਹਨੂੰ ਮਦੀਨਾ ਦੀ ریاست ਮੈਂ ਨਹੀਂ ਕਹੂੰਗਾ ਇਹਨੂੰ ਅਸਾਂ ਇਹ ਹੀ ਕਹਾਂਗੇ ਕਿ ਮੁਲਕ ਅਰਾਕ ਦੀ ਤਰਫ ਜਾ ਰਿਹਾ ਹੈ ਕਿਉਂਕਿ ਜਿੱਥੇ ਕਾਨੂੰਨ ਨਾ ਹੋਵੇ ਉੱਥੇ ਖਾਨਾ ਜੰਗੀ ਹੁੰਦੀ ਹੈ ਬੜੀ ਮਿਹਰਬਾਨੀ ਮੇਰੇ ਵੀਰਾਂ ਦੀ ਇਹ ਜਿਹੜੀ ਮੇਰੀ ਆ ਰਿਕਾਰਡਿੰਗ ਮੈਂ ਤੁਹਾਨੂੰ ਇਹਨੂੰ ਜਿਆਦਾ ਤੋਂ ਜਿਆਦਾ ਮੇਰਾ ਵੀਰ ਸ਼ੇਅਰ ਕਰਿਓ ਜਿਹੜੀ ਖਾਨ ਸਾਹਿਬ ਤੱਕ ਰਵੀ ਪੜੇ ਚੀਫ ਜਸਟਿਸ ਸਾਹਿਬ ਤੱਕ ਰਵੀ ਉਕੜ ਉਪਰੇ ਖਾਸ ਤੌਰ ਤੇ ਉਹ 14 ਲੋਕ ਜਿਹੜੇ ਕਤਲ ਹੋਇਆ ਉਹਨਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਇਨਸਾਫ ਜਿਹੜਾ ਵਾ ਉਹ ਇਸ ਮੁਲਕ ਦੇ ਵਿੱਚ ਬਹੁਤ ਮਹਿੰਗਾ ਵਾ ਉਹ ਬਹੁਤ ਮਹਿੰਗਾ ਵਾ